ਕੱਲ ਦੋਸਤੋ ਤੇ ਮੇਰੇ ਡਾਰਕ ਸੱਚ ਟੀਵੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੇ ਅੱਜ ਆਪਾਂ ਇੱਕ ਨਵੀਂ ਵੀਡੀਓ ਦੇ ਨਾਲ ਹਾਜ਼ਰ ਹੋਏ ਆ ਥੋੜੇ ਦਿਨ ਪਹਿਲਾਂ ਮੈਂ ਇੱਕ ਸ਼ਾਰਟ ਬਣਾਇਆ ਸੀ ਇੱਕ ਐਸਾ ਫੌਜੀ ਸੀ ਜਿਹੜਾ ਕਿ ਜੰਗ ਖਤਮ ਹੋਣ ਤੋਂ ਬਾਅਦ ਵੀ 30 ਸਾਲ ਲੜਦਾ ਰਿਹਾ ਸੀ ਤੇ ਅੱਜ ਆਪਾਂ ਉਸੇ ਬਾਰੇ ਗੱਲਬਾਤ ਕਰਾਂਗੇ ਕਿ ਉਹ ਹੈ ਕੌਣ ਸੀ ਤੇ ਉਹ ਜੰਗ ਕਿਵੇਂ ਲੜਦਾ ਰਿਹਾ ਸੀ ਅਸਲ ਦੇ ਵਿੱਚ ਇਹ ਕਹਾਣੀ ਸ਼ੁਰੂ ਹੁੰਦੀ ਹੈ ਵਰਲਡ ਵਾਰ 2 ਦੇ ਵਿੱਚੋਂ ਵਰਲਡ ਵਾਰ 2 ਦੀ ਜਿਹੜੀ ਸ਼ੁਰੂਆਤ ਸੀ 1939 ਦੇ ਵਿੱਚ ਹੋਈ ਸੀ ਜਦੋਂ ਜਰਮਨ ਨੇ ਹਿਟਲਰ ਦੀ ਫੌਜ ਨੇ ਪੋਲੈਂਡ ਤੇ ਹਮਲਾ ਕਰ ਦਿੱਤਾ ਸੀ ਉਸ ਤੋਂ ਬਾਅਦ ਬਾਕੀ ਵੀ ਦੇਸ਼ ਇਹਦੇ 'ਚ ਕੁੱਦ ਪਏ ਸੀ ਅਤੇ ਵਰਲਡ ਵਾਰ 2 ਸ਼ੁਰੂ ਹੋ ਗਈ ਸੀ ਵਰਲਡ ਵਾਰ 2 ਜਿਹੜੀ ਯੂਰਪ ਵਾਲੀ ਸਾਈਡ ਸੀ ਉਹ ਤਾਂ ਬੜਾ ਪਹਿਲਾਂ ਖਤਮ ਹੋ ਚੁੱਕੀ ਸੀ ਬਟ ਏਸ਼ੀਆ ਦੇ ਵਿੱਚ ਵਰਲਡ ਵਾਰ 2 ਦੇ ਵਿੱਚ ਸਭ ਤੋਂ ਉੱਪਰ ਅਗਰ ਕੋਈ ਦੇਸ਼ ਸੀਗਾ ਲੜਨ ਵਾਲਾ ਤਾਂ ਉਹ ਸੀ ਜਪਾਨ ਏਸ਼ੀਆ ਦੇ ਵਿੱਚ ਜਪਾਨ ਨੇ ਕੋਰੀਆ ਦੇ ਉੱਤੇ ਉਸ ਤੋਂ ਬਾਅਦ ਸਿੰਗਾਪੁਰ ਮਲੇਸ਼ੀਆ ਥਾਈਲੈਂਡ ਫਿਲੀਪੀਨ ਤੋਂ ਅੱਗੇ ਆਪਣਾ ਮਿਆਂਮਾਰ ਅਤੇ ਮਿਆਂਮਾਰ ਤੋਂ ਅੱਗੇ ਇੰਡੀਆ ਦੇ ਕੋਹਿਮਾ ਤੱਕ ਜਿਹੜਾ ਆਪਣਾ ਕਬਜ਼ਾ ਕਰ ਲਿਆ ਸੀ ਇਸੇ ਜੰਗ ਦੇ ਦੌਰਾਨ ਹੀ ਇੱਕ ਫੌਜੀ ਸੀਗਾ ਜਿਹੜਾ ਸੈਕਿੰਡ ਲੈਫਟੀਨੈਂਟ ਸੀਗਾ ਜਿਹਦਾ ਨਾਂ ਸੀ ਹੀਰੋ ਓਨੇਡਾ ਜਿਹਨੂੰ ਕਿ 26 ਦਸੰਬਰ 1944 ਨੂੰ ਲੁਬਾਂਗ ਜਿਹੜਾ ਟਾਪੂ ਪੈਂਦਾ ਇੱਕ ਫਿਲੀਪੀਨ ਦੇ ਅੰਦਰ ਉੱਥੇ ਭੇਜਿਆ ਗਿਆ ਸੀ ਲੜਾਈ ਲਈ ਅਤੇ ਜਿਹੜਾ ਉਹਦਾ ਕਮਾਂਡਰ ਸੀ ਉਹਨੂੰ ਭੇਜਣ ਵਾਲਾ ਉਹਦਾ ਹੁਕਮ ਸੀ ਕਿ ਕਿਸੇ ਵੀ ਕੀਮਤ 'ਤੇ ਤੁਸੀਂ ਸਰੈਂਡਰ ਨਹੀਂ ਕਰਨਾ ਉਸ ਤੋਂ ਬਾਅਦ ਕੀ ਹੁੰਦਾ ਫਰਵਰੀ 1945 ਦੇ ਵਿੱਚ ਜਿਹੜਾ ਲੁਬਾਂਗ ਟਾਪੂ ਸੀਗਾ ਉਹਦੇ ਉੱਤੇ ਅਮੈਰੀਕਾ ਦਾ ਕਬਜ਼ਾ ਹੋ ਜਾਂਦਾ ਜਿਹੜੇ ਬਹੁਤ ਸਾਰੇ ਜਪਾਨੀ ਫੌਜੀ ਆ ਜਾਂ ਤਾਂ ਉਹ ਮਾਰੇ ਜਾਂਦੇ ਆ ਸ਼ਹੀਦ ਹੋ ਜਾਂਦੇ ਆ ਅਤੇ ਜਾਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਪਰ ਜਿਹੜਾ ਹੀਰੋ ਓਨੇਡਾ ਸੀ ਇਹ ਅਤੇ ਇਹਦੇ ਨਾਲ ਇਹਦੇ 3 ਸਾਥੀ ਜਿਹੜੇ ਕਿ ਜੰਗਲ 'ਚ ਛੁੱਪ ਜਾਂਦੇ ਆ ਅਤੇ ਜਦੋਂ ਜਪਾਨ ਪਾਰਲ ਹਰਬਰ 'ਤੇ ਹਮਲਾ ਕਰਦਾ ਇੱਕ ਜਹਾਜ਼ਾਂ ਨਾਲ ਅਮੈਰੀਕਾ 'ਚ ਜਾ ਕੇ ਉਸ ਤੋਂ ਬਾਅਦ ਕੀ ਹੁੰਦਾ ਕਿ ਅਮੈਰੀਕਾ ਜਪਾਨ ਨੂੰ ਸਬਕ ਸਿਖਾਉਣ ਲਈ ਨਾ ਅਗਸਤ 1945 ਦੇ ਵਿੱਚ ਹੀਰੋਸੀਮਾ ਅਤੇ ਨਾਗਾਸਾਕੀ ਦੇ ਉੱਤੇ ਪਰਮਾਣੂ ਬੰਬ ਸੁੱਟ ਦਿੰਦਾ ਅਤੇ ਜਿਸ ਨਾਲ ਇਹ ਜਿਹੜਾ ਵਰਲਡ ਵਾਰ 2 ਦੀ ਜੰਗ ਖਤਮ ਹੋ ਜਾਂਦੀ ਹੈ ਜਪਾਨ ਹਾਰ ਜਾਂਦਾ ਉਹ ਅਮੈਰੀਕਾ ਦੇ ਅੱਗੇ ਆਪਣੇ ਗੋਡੇ ਟੇਕ ਦਿੰਦਾ ਪਰ ਉਸ ਟਾਈਮ ਜਦੋਂ ਇਹ ਜੰਗ ਖਤਮ ਹੋਈ ਸੀ ਨਾ ਜਿਹੜਾ ਪ੍ਰਸ਼ਾਂਤ ਮਹਾਂਸਾਗਰ ਦੇ ਛੋਟੇ ਛੋਟੇ ਟਾਪੂ ਸੀ ਦੇਸ਼ਾਂ ਦੇ ਜਿਵੇਂ ਇੰਡੋਨੇਸ਼ੀਆ ਦੇ ਵਿੱਚ ਵੀ ਕਾਫੀ ਟਾਪੂ ਆ ਫਿਲੀਪੀਨ ਵੀ ਇੱਕ ਦੇਸ਼ ਟਾਪੂਆਂ ਦਾ ਉਹਦਾ ਜ਼ਿਆਦਾਤਰ ਹਿੱਸਾ ਸਮੁੰਦਰ 'ਚ ਟੁਕੜਿਆਂ 'ਚ ਵੰਡਿਆ ਹੋਇਆ ਅਤੇ ਇਹਨਾਂ ਦੇ ਜਿਹੜੇ ਜਪਾਨੀ ਸੈਨਿਕ ਸੀ ਉਹ ਟਾਪੂਆਂ ਦੇ ਉੱਤੇ ਫੈਲੇ ਹੋਏ ਸੀ ਅਤੇ ਨਾ ਤਾਂ ਉਸ ਟਾਈਮ ਦੂਰ ਸੰਚਾਰ ਦੇ ਇੰਨੇ ਸਾਧਨ ਸੀ ਕਿ ਉਹਨਾਂ ਨੂੰ ਦੱਸ ਦਿੱਤਾ ਜਾਵੇ ਕਿ ਜੰਗ ਖਤਮ ਹੋ ਚੁੱਕੀ ਉਹ ਆਪਣੇ ਘਰਾਂ ਨੂੰ ਵਾਪਸ ਆ ਜਾਣ ਇਸ ਕਰਕੇ ਕਈ ਸਾਲਾਂ ਤੱਕ ਤਾਂ ਉਹ ਟਾਪੂਆਂ 'ਤੇ ਲੜਦੇ ਹੀ ਰਹੇ ਸੀ ਉਹਨਾਂ ਨੂੰ ਪਤਾ ਨਹੀਂ ਸੀ ਲੱਗਿਆ ਕਿ ਜੰਗ ਖਤਮ ਹੋ ਚੁੱਕੀ ਹੈ ਕਿਉਂਕਿ ਨਾ ਤਾਂ ਉਦੋਂ ਇੰਨੇ ਸਾਧਨ ਸੀਗੇ ਅਤੇ ਨਾ ਹੀ ਟਾਪੂਆਂ 'ਤੇ ਜਾ ਕੇ ਉਹਨਾਂ ਨੂੰ ਲੱਭਿਆ ਜਾ ਸਕਦਾ ਸੀ ਅਤੇ ਫਿਰ ਅਮੈਰੀਕਾ ਕੀ ਕਰਦਾ ਉਹ ਜਹਾਜ਼ਾਂ ਰਾਹੀਂ ਉਹਨਾਂ ਟਾਪੂਆਂ ਦੇ ਉੱਤੇ ਚਿੱਠੀਆਂ ਅਤੇ ਪਰਚੀਆਂ ਸੁੱਟਦਾ ਜਿਨ੍ਹਾਂ ਦੇ ਉੱਤੇ ਲਿਖਿਆ ਹੁੰਦਾ ਸੀ ਕਿ ਜੰਗ ਖਤਮ ਹੋ ਚੁੱਕੀ ਆ ਜਪਾਨ ਹਾਰ ਚੁੱਕਿਆ ਤੁਸੀਂ ਆਪਣੇ ਘਰਾਂ ਨੂੰ ਵਾਪਸ ਜਾ ਸਕਦੇ ਹੋ ਅਤੇ ਬਹੁਤ ਸਾਰੇ ਜਪਾਨੀ ਹੁੰਦੇ ਆ ਜਿਹੜੇ ਜੰਗ 'ਚੋਂ ਵਾਪਸ ਘਰਾਂ ਨੂੰ ਮੁੜ ਜਾਂਦੇ ਆ ਪਰ ਜਦੋਂ ਇਹ ਪਰਚੀਆਂ ਹੀਰੋ ਓਨੇਡਾ ਕੋਲ ਪਹੁੰਚਦੀਆਂ ਨਾ ਤਾਂ ਉਹਨਾਂ ਨੂੰ ਲੱਗਦਾ ਕਿ ਇਹ ਇੱਕ ਚਾਲ ਆ ਅਮੈਰੀਕਾ ਦੀ ਇਸ ਲਈ ਉਹ ਸਰੈਂਡਰ ਨਹੀਂ ਕਰਨਗੇ ਉਹ ਪਰਚੀਆਂ ਨੂੰ ਜਲਾ ਦਿੰਦੇ ਆ ਉਸ ਟਾਈਮ ਇੱਕ ਓਨੇਡਾ ਖੁਦ ਹੁੰਦਾ ਅਤੇ ਉਹਦੇ ਨਾਲ ਉਹਨਾਂ ਦੇ 3 ਸਾਥੀ ਹੁੰਦੇ ਆ ਜਿਹੜੇ ਲੁਬਾਂਗ ਦੇ ਇੱਕ ਟਾਪੂ ਇੱਕ ਜੰਗਲ ਦੇ ਵਿੱਚ ਛੁਪੇ ਹੁੰਦੇ ਆ ਉਸ ਤੋਂ ਬਾਅਦ ਕੀ ਕਰਦੇ ਆ ਉਹ ਜਿਹੜਾ ਵੀ ਉਸ ਜੰਗਲ 'ਚੋਂ ਜਾਂਦਾ ਜਾਂ ਉਹਦੇ ਨੇੜੇ ਜੰਗਲ ਦੇ ਜਿਹੜੇ ਪਿੰਡ ਹੁੰਦੇ ਆ ਉਹਨਾਂ 'ਤੇ ਹਮਲਾ ਕਰਦੇ ਆ ਖਾਣ ਪੀਣ ਦਾ ਸਮਾਨ ਲੁੱਟ ਕੇ ਫਿਰ ਜੰਗਲ 'ਚ ਛੁੱਪ ਜਾਂਦੇ ਆ ਯਾਨੀ ਕਿ ਉਹ ਇੱਕ ਗਰੀਲਾ ਵਾਰ ਸ਼ੁਰੂ ਕਰ ਦਿੰਦੇ ਆ ਯਾਨੀ ਕਿ ਲੁੱਟੋ ਲੁੱਟ ਕੇ ਆ ਕੇ ਫਿਰ ਜੰਗਲ 'ਚ ਲੁੱਕ ਜਾਓ ਇਹ ਉਹਨਾਂ ਦੀ ਵਾਰ ਹੁੰਦੀ ਆ ਉਸ ਤੋਂ 7 ਸਾਲ ਬਾਅਦ 1952 ਦੇ ਵਿੱਚ ਫਿਲੀਪੀਨ ਦੀ ਸਰਕਾਰ ਇਹਨਾਂ ਲੁੱਟਾਂ ਖੋਹਾਂ ਤੋਂ ਤੰਗ ਆ ਕੇ ਨਾ ਉਹਨਾਂ ਦੇ ਘਰਦਿਆਂ ਦੀਆਂ ਫੋਟੋਆਂ ਜਪਾਨ ਤੋਂ ਮੰਗਵਾ ਕੇ ਜੰਗਲ ਵਿੱਚ ਵੀ ਸੁੱਟਦੀ ਆ ਤਾਂ ਕਿ ਉਹਨਾਂ ਨੂੰ ਲੱਗੇ ਕਿ ਉਹਨਾਂ ਦੀ ਜਿਹੜਾ ਪਰਿਵਾਰ ਉਹਨਾਂ ਦੀ ਫੈਮਿਲੀ ਉਹਨਾਂ ਨੂੰ ਉਡੀਕ ਰਹੀ ਆ ਪਤਾ ਨਹੀਂ ਉਹ ਫੋਟੋਆਂ ਉਹਨਾਂ ਨੂੰ ਮਿਲਦੀਆਂ ਜਾਂ ਨਹੀਂ ਮਿਲਦੀਆਂ ਪਰ ਉਹ ਉਸ ਟਾਈਮ ਵੀ ਸਰੈਂਡਰ ਨਹੀਂ ਕਰਦੇ ਆਖਰ 1969 ਦੇ ਵਿੱਚ ਓਨੇਡਾ ਦਾ ਜਿਹੜਾ ਇੱਕ ਦੋਸਤ ਹੁੰਦਾ ਉਹ ਸਰੈਂਡਰ ਕਰ ਦਿੰਦਾ ਫਿਲੀਪੀਨ ਦੀ ਸਰਕਾਰ ਦੇ ਅੱਗੇ ਅਤੇ ਇੱਕ ਉਹਦਾ ਦੋਸਤ ਗੋਲੀਆਂ ਨਾਲ ਉੱਥੇ ਮਾਰਿਆ ਜਾਂਦਾ ਪਰ ਉਸ ਤੋਂ ਬਾਅਦ ਵੀ ਜਿਹੜਾ ਓਨੇਡਾ ਹੁੰਦਾ ਨਾ ਹੀਰੋ ਓਨੇਡਾ ਉਹ ਜੰਗ ਜਾਰੀ ਰੱਖਦਾ ਉਹ ਹਲੇ ਵੀ ਸਰੈਂਡਰ ਨਹੀਂ ਕਰਦਾ ਆਖਰ ਨੂੰ ਜਿਹੜਾ ਉਹਦਾ ਇੱਕ ਆਖਰੀ ਸਾਥੀ ਬਚਿਆ ਹੁੰਦਾ ਨਾ ਕੋਜ਼ੂਕਾ ਕੋਜ਼ੂਕਾ ਦੀ ਜਿਹੜੀ ਮੌਤ ਆ ਉਹ 1972 ਦੇ ਵਿੱਚ ਹੁੰਦੀ ਆ 1972 ਦੇ ਵਿੱਚ ਉਹਦਾ ਫਿਲੀਪੀਨ ਦੀ ਜਿਹੜੀ ਪੁਲਿਸ ਹੁੰਦੀ ਆ ਉਹਦੇ ਵੱਲੋਂ ਐਨਕਾਊਂਟਰ ਕਰ ਦਿੱਤਾ ਜਾਂਦਾ ਜਦੋਂ ਇਹ ਐਨਕਾਊਂਟਰ ਦੀਆਂ ਖਬਰਾਂ ਅਖਬਾਰਾਂ 'ਚ ਛਪਦੀਆਂ ਬਾਹਰ ਆਉਂਦੀਆਂ ਅਤੇ ਜਪਾਨ ਦੀ ਸਰਕਾਰ ਸੋਚਾਂ 'ਚ ਡੁੱਬ ਜਾਂਦੀ ਹੈ ਸ਼ਾਇਦ ਸੈਕਿੰਡ ਲੈਫਟੀਨੈਂਟ ਜਿਹੜਾ ਸੀਗਾ ਹੀਰੋ ਓਨੇਡਾ ਹਲੇ ਜਿਉਂਦਾ ਹੋਵੇਗਾ ਕਿਉਂਕਿ ਇਹ ਉਹਦੇ ਸਾਥੀ ਸੀ ਉਸ ਤੋਂ ਬਾਅਦ ਇਹਦੀ ਭਾਲ ਸ਼ੁਰੂ ਕੀਤੀ ਜਾਂਦੀ ਆ
ਤੇ ਇਹ ਭਾਲ ਕਰਦਾ ਇੱਕ ਜਾਪਾਨ ਦਾ ਨੌਜਵਾਨ ਜਿਸ ਦਾ ਨਾਂ ਸੀ ਨੋਰੀਓ ਸੁਜ਼ੂਕੀ। ਨੋਰੀਓ ਸੁਜ਼ੂਕੀ ਕੀ ਉੱਥੇ ਜੰਗਲ 'ਚ ਜਾਂਦਾ, ਉਹ ਜਾ ਕੇ ਹੀਰੋ ਓਨੀਡਾ ਨੂੰ ਮਿਲਦਾ, ਪਰ ਹੀਰੋ ਓਨੀਡਾ ਉਹਦੀਆਂ ਗੱਲਾਂ 'ਤੇ ਵੀ ਯਕੀਨ ਨਹੀਂ ਕਰਦਾ। ਉਹ ਉਸ ਨੂੰ ਕਹਿੰਦਾ ਕਿ ਮੈਨੂੰ ਜਿਹੜੇ ਕਮਾਂਡਰ ਨੇ ਇਹ ਆਰਡਰ ਦਿੱਤਾ ਸੀ ਨਾ, ਜਦੋਂ ਉਹ ਕਮਾਂਡਰ ਕਵੇਗਾ ਉਸ ਤੋਂ ਬਾਅਦ ਹੀ ਮੈਂ ਸਰੈਂਡਰ ਕਰਾਂਗਾ। ਪਰ ਜਿਹੜਾ ਉਸ ਟਾਈਮ ਆਰਡਰ ਦੇਣ ਵਾਲਾ ਕਮਾਂਡਰ ਸੀ ਨਾ, ਉਹ ਰਿਟਾਇਰ ਹੋ ਚੁੱਕਿਆ ਸੀ। ਰਿਟਾਇਰ ਹੋਣ ਤੋਂ ਬਾਅਦ ਉਹ ਇੱਕ ਕਿਤਾਬਾਂ ਦੀ ਦੁਕਾਨ ਕਰ ਰਿਹਾ ਸੀ ਆਪਣੀ। ਉਹਨੂੰ ਸਪੈਸ਼ਲ ਜੰਗਲ 'ਚ ਬੁਲਾਇਆ ਜਾਂਦਾ, ਉਹ ਆ ਕੇ ਹੀਰੋ ਓਨੀਡਾ ਨੂੰ ਸਰੈਂਡਰ ਕਰਨ ਲਈ ਕਹਿੰਦਾ, ਅਤੇ ਉਸ ਤੋਂ ਬਾਅਦ ਹੀ ਹੀਰੋ ਓਨੀਡਾ ਜਿਹੜਾ ਸਰੈਂਡਰ ਕਰਦਾ। ਯਾਨੀ ਕਿ 1972 ਦੇ ਵਿੱਚ ਆ ਕੇ, 1944 ਦੇ ਵਿੱਚ ਉਹ ਫਿਲਪੀਨ ਆਇਆ ਸੀ ਅਤੇ 1972 'ਚ ਉਹਨੇ ਸਿਲੰਡਰ ਕੀਤਾ ਸੀ। ਤਕਰੀਬਨ 29 ਸਾਲ ਉਹ ਜੰਗ ਲੜਦਾ ਰਿਹਾ ਸੀ ਅਤੇ ਉਸ ਤੋਂ ਬਾਅਦ ਜਿਹੜੀ ਫਿਲਪੀਨ ਦੀ ਸਰਕਾਰ ਆ ਉਹਨੂੰ ਕੋਈ ਸਜ਼ਾ ਨਹੀਂ ਦਿੰਦੀ। ਉਸ ਤੋਂ ਬਾਅਦ ਉਹਨੂੰ ਵਾਪਸ ਆਪਣੇ ਦੇਸ਼ ਜਾਪਾਨ ਜਾਣ ਦੀ ਆਗਿਆ ਦੇ ਦਿੱਤੀ ਜਾਂਦੀ ਹੈ। ਜਾਪਾਨ 'ਚ ਉਹਦਾ ਬਹੁਤ ਹੀ ਸਵਾਗਤ ਕੀਤਾ ਜਾਂਦਾ ਕਿਉਂਕਿ ਉਹ ਐਸਾ ਆਦਮੀ ਸੀ ਜਿਹਨੇ ਸਰੈਂਡਰ ਨਹੀਂ ਸੀ ਕੀਤਾ। ਅਤੇ ਉਸ ਤੋਂ ਬਾਅਦ ਉਹਨੇ ਇੱਕ ਕਿਤਾਬ ਵੀ ਲਿਖੀ ਆਪਣੀ ਆਟੋ ਬਾਇਓਗ੍ਰਾਫੀ, ਜਿਸ ਦਾ ਨਾਂ ਹੈ ਨੋ ਸਰੈਂਡਰ ਮਾਈ 30 ਈਅਰਸ ਵਾਰ। ਅਤੇ ਇਹ ਉਹਦੀ ਜਿਹੜੀ ਕਿਤਾਬ ਸੀ ਉਹ ਉਹਨਾਂ ਨੇ ਆਪਣੇ ਹੱਥੀਂ ਲਿਖੀ। ਆਖਰ 2014 ਦੇ ਵਿੱਚ 91 ਸਾਲ ਦੀ ਉਮਰ ਦੇ ਵਿੱਚ ਉਹਨਾਂ ਦਾ ਦੇਹਾਂਤ ਹੋ ਜਾਂਦਾ। ਅਤੇ ਜਦੋਂ ਉਹ ਉੱਥੇ ਲੜਨ ਗਏ ਸੀ ਨਾ, ਉਸ ਟਾਈਮ ਉਹਨਾਂ ਦੀ ਜਿਹੜੀ ਉਮਰ ਸੀ ਉਹ 18 ਸਾਲ ਸੀ, ਅਤੇ ਪਰ ਜਿਸ ਟਾਈਮ ਉਹ ਜਾਪਾਨ ਵਾਪਸ ਗਏ ਸੀ ਨਾ, ਉਹਨਾਂ ਦੀ ਉਮਰ 52 ਸਾਲ ਹੋ ਚੁੱਕੀ ਸੀ। ਅਤੇ 29-30 ਸਾਲ ਇੱਕ ਜੰਗਲ 'ਚ ਗੁਜ਼ਾਰਦੇ ਨੇ, 3 ਦਹਾਕੇ ਬਣਦੇ ਆ, ਅਤੇ ਕੋਈ ਸੌਖਾ ਕੰਮ ਨਹੀਂ ਆ। ਪਰ ਇਹ ਸੀ ਹੀਰੋ ਓਨੀਡਾ ਦੀ ਉਹ ਬਹਾਦਰੀ, ਜਿਸ ਨਾਲ ਉਹ ਜਾਪਾਨ ਦਾ ਉਹਨੇ ਸਿਰ ਨਹੀਂ ਸੀ ਝੁਕਣ ਦਿੱਤਾ ਅਤੇ ਸਰੈਂਡਰ ਨਹੀਂ ਸੀ ਕੀਤਾ। ਸੋ ਇਹ ਸੀ ਉਸ ਇੱਕ ਫੌਜੀ ਦੀ ਕਹਾਣੀ ਜਿਹੜਾ 30 ਸਾਲ ਲੜਦਾ ਰਿਹਾ ਸੀ। ਅਤੇ ਬਹੁਤ ਜਲਦੀ ਆਪਾਂ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ। ਤਦ ਤੱਕ ਲਈ ਦਿਓ ਆਗਿਆ, ਧੰਨਵਾਦ।